ਜਦੋਂ ਸੰਤਰੇ ਵਿੱਚੋਂ ਜੂਸ ਕੱਢ ਲਿਆ ਜਾਏ ਤੇ ਬਾਅਦ ਦੇ ਵਿੱਚ ਰਹਿ ਜਾਂਦੀਆਂ ਗਿਟਕਾਂ। ਇਹ ਹੁਣ ਗਿਟਕਾਂ ਦਿੱਤੀਆਂ ਪੰਜਾਬ ਦੇ ਲੋਕਾਂ ਨੂੰ। ਤੁਸੀਂ ਵੇਖੋ ਜਿਹੜਾ ਟੋਟਲ ਮੈਂ ਜਟਕੀ ਗੱਲ ਸਮਝਾਉਣ ਲੱਗਾ, ਆਮ ਤੌਰ 'ਤੇ ਜੇ ਤੁਸੀਂ ਫਾਈਨੈਂਸ਼ੀਅਲ ਮੈਟਰਸ ਦੀ ਉਹਨਾਂ ਟਰਮ 'ਚ ਗੱਲ ਕਰੋਗੇ, ਆਮ ਸਧਾਰਨ ਪੰਜਾਬੀਆਂ ਨੂੰ ਸਮਝ ਕੁਝ ਨਹੀਂ ਆਏਗਾ। ਜੇ 100 ਰੁਪਈਏ ਦੀ ਆਮਦਨ ਗਵਰਨਮੈਂਟ ਆਫ ਪੰਜਾਬ ਨੂੰ, 97 ਰੁਪਈਏ ਵਿੱਚੋਂ ਜਿਹੜੇ ਨੇ ਉਹ ਤਨਖਾਹਾਂ ਦੇ ਵਿੱਚ, ਪੈਨਸ਼ਨਾਂ ਦੇ ਵਿੱਚ, ਬੈਂਕਾਂ ਦੇ ਕਰਜ਼ੇ ਵਾਪਸ ਕਰਨ ਦੇ ਵਿੱਚ ਅਤੇ ਪਾਵਰ ਸਬਸਿਡੀ ਦੇ ਵਿੱਚ ਜਾ ਰਹੇ। ਰੁਪਈਏ ਬਚਦੇ ਨੇ ਚੀਮਾ ਸਾਹਿਬ ਕੋਲ 3, ਹੁਣ 100 ਚੋਂ ਰੁਪਈਏ 3 ਬਚੇ ਜੇ ਆਪੇ ਹਿਸਾਬ ਲਾ ਲਓ, ਉਹ 3 ਦਾ ਕੀ ਮਿਲੇਗਾ ਜੀ? ਤੁਸੀਂ ਲੱਭਦੇ ਫਿਰਦੇ ਸੀ ਕੀਨੂ ਦਾ ਜੂਸ ਦਾ ਗਲਾਸ, ਮਿਲੀਆਂ ਤੁਹਾਨੂੰ ਗਿਟਕਾਂ ਦੀ। ਸਰਕਾਰੀ ਮੁਲਾਜ਼ਮ ਓਲਡ ਪੈਨਸ਼ਨ ਸਕੀਮ ਦੀ ਇੰਤਜ਼ਾਰ ਕਰ ਰਹੇ ਨੇ, ਆਪਣੇ DA ਦੀ ਇੰਤਜ਼ਾਰ ਕਰ ਰਹੇ ਨੇ, ਬੁਢਾਪਾ ਜਿੰਨੇ ਬਜ਼ੁਰਗ ਨੇ ਸਾਡੇ ਉਹ ਪੈਨਸ਼ਨਾਂ ਦੀ, ਓਲਡ ਏਜ ਪੈਨਸ਼ਨ ਦੀ ਇੰਤਜ਼ਾਰ ਕਰ ਰਹੇ ਨੇ। ਹਰ ਵਰਗ ਜਿਹੜਾ ਨੌਜਵਾਨ ਬੱਚੇ ਸਾਡੇ ਜਿਹੜੇ ਨੇ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜ਼ਮੀਨਾਂ ਵੇਚ ਕੇ ਬਾਹਰਲੇ ਦੇਸ਼ਾਂ ਵਿੱਚ ਜਾ ਰਹੇ ਨੇ। ਤੁਸੀਂ ਮੈਨੂੰ ਦੱਸੋ, ਜਿਹੜਾ ਵਾਅਦਾ ਭਗਵੰਤ ਮਾਨ ਨੇ ਕੀਤਾ ਸੀ ਕਿ ਬਾਹਰਲੇ ਬੱਚੇ ਹੁਣ ਪੰਜਾਬ 'ਚ ਆ ਕੇ ਕੰਮ ਗੋਰੇ ਆਇਆ ਕਰਨਗੇ, ਇੱਥੇ ਤਾਂ ਜਿਹੜੇ ਭੂਰੇ ਨੇ ਉਹ ਰਹਿਣ ਨੂੰ ਤਿਆਰ ਨੇ, ਗੋਰੇ ਕਿੱਥੋਂ ਆ ਜਾਣੇ ਸੀ? ਘੱਟ ਤੋਂ ਘੱਟ ਆਪਣੇ ਹੀ ਮੰਗਾ ਲਓ, ਹੋਰ ਨਹੀਂ ਕੋਈ ਆਉਂਦੇ ਤੇ। ਤਾਂ ਗੱਲ ਇਹ ਹੈ ਕਿ ਬਿਲਕੁਲ ਫੇਲਡ ਸਰਕਾਰ ਹੈ ਜੀ। ਕੁਝ ਕੱਢਣ ਪਾਉਣ ਨੂੰ ਇਹਨਾਂ ਕੋਲ ਨਹੀਂ, ਬਸ ਕਰਜ਼ਾ ਲੈਣ ਨੂੰ ਤਗੜੇ ਨੇ, ਝੂਠ ਬੋਲਣ ਨੂੰ ਅਤੇ ਕੁਫਰ ਤੋਲਣ ਨੂੰ। ਮੈਂ ਪਹਿਲੇ ਪੁੱਛਣਾ, ਵੇਖੋ ਇੱਕ ਗਰੰਟੀ ਸੀ ਕੇਜਰੀਵਾਲ ਦੀ ਅਤੇ ਭਗਵੰਤ ਮਾਨ ਦੀ ਕਿ ਅਸੀਂ 54,000 ਕਰੋੜ ਰੁਪਈਆ ਪੰਜਾਬ 'ਚ, ਪਹਿਲੀ ਗੱਲ ਇਹਨੇ ਕਹੀ ਸੀ, ਅਸੀਂ 1 ਵੀ ਪੈਸਾ ਆਉਂਦੇ ਟਾਈਮ 'ਚ ਕਦੀ ਲੋਨ ਨਹੀਂ ਚੁੱਕਾਂਗੇ, ਕਰਜ਼ਾ ਨਹੀਂ ਚੁੱਕਾਂਗੇ। ਅਤੇ 54,000 ਕਰੋੜ ਰੁਪਈਆ ਕਿਹਾ ਸੀ, 20,000 ਕਰੋੜ ਰੁਪਈਆ ਰੇਤ 'ਚੋਂ ਸਾਲ ਦਾ, ਅਤੇ 34,000 ਕਰੋੜ ਰੁਪਈਆ ਜਿਹੜਾ ਬਜਟ ਹੈ ਉਹਦੇ 'ਚੋਂ ਰਿਸ਼ਵਤ 'ਤੇ ਪਾਬੰਦੀ ਲਾ ਕੇ 20% ਪੈਸਾ ਕੱਢਾਂਗੇ। ਇਹ 54,000 ਵੁੱਡ ਬੀ ਗੁੱਡ ਇਨਫ, ਭਾਵੇਂ ਸੜਕਾਂ ਵਾਸਤੇ, ਭਾਵੇਂ ਹਸਪਤਾਲਾਂ ਵਾਸਤੇ, ਭਾਵੇਂ ਮੈਡੀਕਲ ਕਾਲਜਿਸ ਵਾਸਤੇ, ਅਸੀਂ ਆਪਣੇ ਕੋਲੋਂ ਪੈਸਾ ਇਕੱਠਾ ਕਰਾਂਗੇ। 1 ਰੁਪਈਆ ਇਹਨਾਂ ਕੋਲ ਨਹੀਂ, ਔਨ ਦੀ ਕੌਂਟਰੀ 68,000 ਕਰੋੜ ਰੁਪਈਆ ਦੋਵਾਂ ਸਾਲਾਂ 'ਚ ਕਰਜ਼ਾ ਚੁੱਕ ਲਿਆ। ਜਿਸ ਸਪੀਡ 'ਚ ਚੱਲ ਰਹੇ ਨੇ, ਮੇਰਾ ਖਿਆਲ ਇਹ 5 ਸਾਲ ਦੀ ਟਰਮ ਓਵਰ ਨਹੀਂ ਹੋਣੀ, ਬੈਂਕਾਂ ਵਾਲੇ ਇਹਨਾਂ ਦੇ ਪਿੱਛੇ ਹੋਣੇ ਨੇ ਅਤੇ ਇਹ ਸਾਰੇ ਫਰਾਰ ਹੋਣੇ। ਤੁਹਾਨੂੰ ਮੈਂ ਦੱਸਿਆ ਜੀ, ਇਹ ਉਸ ਟ੍ਰੇਨ 'ਤੇ ਚੜ੍ਹੇ ਨੇ, ਇਹਨਾਂ ਨੂੰ ਮੌਜਾਂ ਲੱਗ ਗਈਆਂ, ਲੋਕਾਂ ਨੇ ਤਾਂ ਵੋਟਾਂ ਪਾਈਆਂ ਸੀ ਸੱਥਾਂ 'ਚੋਂ, ਸਰਕਾਰਾਂ ਚੱਲਣਗੀਆਂ। ਇਹ ਹੁਣ ਹੈਲੀਕਾਪਟਰ ਨੂੰ ਤਾਂ ਟਾਂਗੇ ਵਰਗਾ ਵਰਤਦੇ ਨੇ। ਜਿਸ ਮੁੱਖ ਮੰਤਰੀ ਨਾਲ 135-136 ਗੱਡੀਆਂ ਚੱਲ ਰਹੀਆਂ, ਜਿਸ ਨੂੰ, ਜਿਸ ਦੇ ਪਰਿਵਾਰ ਨੂੰ ਅਤੇ ਮੁੱਖ ਮੰਤਰੀ ਨੂੰ ਸੇਫਗਾਰਡ ਕਰਨ ਵਾਸਤੇ 1100 ਪੁਲਿਸ ਦਾ ਮੁਲਾਜ਼ਮ IG ਤੋਂ ਲੈ ਕੇ ਥੱਲੇ ਤੱਕ ਲੱਗਿਆ, ਉਹਨਾਂ ਨੂੰ ਕੀ ਫਿਕਰ ਫੱਕ ਹੈ? ਜਹਾਜ਼ ਜਿਹੜੇ ਨੇ ਸਪੈਸ਼ਲੀ ਕੇਜਰੀਵਾਲ ਨੂੰ ਦਿੱਤੇ ਜਾਂਦੇ। ਮੈਂ ਹੁਣ ਕੇਜਰੀਵਾਲ ਸਾਹਿਬ ਨੂੰ ਕਹੂੰਗਾ, ਵੇਖੋ ਤੁਸੀਂ ਗਰੰਟੀ ਦਿੱਤੀ ਸੀ ਕਿ ਔਰਤਾਂ ਨੂੰ 1,000 ਰੁਪਈਆ ਅਸੀਂ ਦੇਵਾਂਗੇ ਮਹੀਨੇ ਦਾ, ਕਿੱਥੇ ਹੈ? 3ਜਾ ਬਜਟ ਹੁਣ ਆ ਚੱਲਿਆ, 2 ਬਜਟ ਟੱਪ ਚੁੱਕੇ ਨੇ, ਸਾਰੀਆਂ ਗਰੰਟੀਆਂ ਝੂਠੀਆਂ। ਮੁਲਾਜ਼ਮ ਵਿਚਾਰੇ ਇੰਤਜ਼ਾਰ ਕਰਦੇ ਪਏ। ਸਾਰਿਆਂ ਨੂੰ ਵੱਧ ਜੇ ਰੋਲ ਇਹਨਾਂ ਨੂੰ ਜਿਤਾਉਣ ਦੇ ਵਿੱਚ ਤੇ ਮੁਲਾਜ਼ਮਾਂ ਦਾ ਰੋਲ। ਅੱਜ ਕੋਈ ਇਹੋ ਜਿਹਾ ਸੜਕ ਹੈ ਨਹੀਂ ਪੰਜਾਬ ਜੀ ਜਿੱਥੇ ਜਾਂ ਕਿਸਾਨ ਬੈਠੇ ਨੇ ਜਾਂ ਸਾਡੇ ਜਿਹੜੇ ਨੇ ਸਰਕਾਰੀ ਮੁਲਾਜ਼ਮ ਉਹ ਬੈਠੇ ਨੇ। ਜੇ ਇਜਾਜ਼ਤ ਦੇਣ ਤਾਂ ਮੇਰਾ ਖਿਆਲ ਚੀਫ ਮਿਨਿਸਟਰ ਨੂੰ ਘਰੋਂ ਇਹਨਾਂ ਲੋਕ ਲਿਖ ਲੈਣ। ਵੇਖੋ ਸਾਰਿਆਂ ਨੂੰ ਪਹਿਲੇ ਇਹ ਹੈ ਕਿ ਬਜਟ ਦੇ ਵਿੱਚ ਆਪਣੇ ਪਹਿਲੇ ਖਰਚੇ ਤੇ ਘਟਾਓ। 1,000 ਕਰੋੜ ਰੁਪਈਆ ਤੇ ਆਪਣੀ ਮਸ਼ਹੂਰੀਆਂ ਤੇ ਲਾ ਰਹੇ ਨੇ,
ਮੇਰਾ ਖਿਆਲ ਪੰਜਾਬ ਦੇ ਹੁਣ ਟੋਇਲਟ ਵੀ ਨਹੀਂ ਇਹੋ ਜਿਹੇ ਰਹਿ ਗਏ ਜਿੱਥੇ ਭਗਵੰਤ ਮਾਨ ਦੀ ਫੋਟੋ ਨਹੀਂ ਲੱਗੀ। ਜਿੱਥੇ ਬਿਲਕੁਲ ਕਿਸੇ ਦੀ ਫੋਟੋ ਨਹੀਂ ਹੋਣੀ ਚਾਹੀਦੀ ਉੱਥੇ ਵੀ ਲੱਗ ਗਈ। ਹਰ 100 ਗਜ਼ ਦੇ ਉੱਤੇ ਭਾਵੇਂ ਏਅਰਪੋਰਟ ਤੇ ਚਲੇ ਜਾਓ, ਸੜਕ ਤੇ ਚਲੇ ਜਾਓ, ਤੁਹਾਨੂੰ ਦਰਸ਼ਨ ਪਹਿਲੇ ਇਹਦੇ ਹੁੰਦੇ ਨੇ। ਤੇ ਜਿਹਦੇ ਮੱਥੇ ਸਵੇਰੋ ਸਵੇਰੇ ਇਹ ਲੱਗ ਜਾਂਦਾ ਉਹਦਾ ਪੂਰਾ ਦਿਨ ਕੰਮ ਹੀ ਕੋਈ ਨਹੀਂ ਹੁੰਦਾ, ਕਿਉਂਕਿ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਵੀ ਹਰ ਪਿੰਡ 'ਚ ਇੱਕ ਅੱਧਾ ਬੰਦਾ ਇਹੋ ਜਿਹਾ ਹੁੰਦਾ ਜੇ ਸਵੇਰੋ ਸਵੇਰ ਘਰੋਂ ਚੰਗੇ ਸ਼ੁਭ ਕੰਮ ਨੂੰ ਨਿਕਲੇ ਜੋ ਮੱਥੇ ਲੱਗਦੇ। ਆਮ ਤੌਰ ਬੰਦੇ ਕਹਿੰਦੇ ਕਿ ਯਾਰ ਅੱਜ ਕੰਮ ਸਿਰੇ ਨਹੀਂ ਚੜ੍ਹਨਾ, ਇਹ ਤੋਂ ਬਿਹਤਰ ਹੈ ਕਿ ਗੱਡੀ 'ਤੇ ਉਤਰੋ ਅਤੇ ਆਪਣੇ ਗਰਾਜ 'ਚ ਗੱਡੀ ਲਓ। ਤੋ ਇਹਦਾ ਕੰਮ ਉਹੋ ਜਿਹਾ, ਕੋਈ ਇੱਕ ਕੰਮ ਸਿਰੇ ਨਹੀਂ। ਵੇਖੋ ਆਹ ਨੌਜਵਾਨ ਬੱਚਾ ਸਾਡਾ ਸ਼ੁਭਮ, ਉਹਦੇ ਪੋਸਟਮਾਰਟਮ ਤੋਂ ਸਾਫ਼ ਨਜ਼ਰ ਆ ਗਿਆ ਗੋਲੀ ਨਾਲ ਮੌਤ ਹੋਈ। ਅਜੇ ਤੱਕ FIR ਤਹਿਕੀਕਾਤ ਤੇ ਚਾਹੁੰਦੇ ਨੇ ਕਿ ਹਰਿਆਣੇ ਨੂੰ ਚਲੀ ਜਾਏ, ਸਾਡੇ ਕੋਲ ਰਹੀ ਕੋਈ ਨਾ। ਤੋ ਕਿਸੇ ਪਾਸੇ ਵੀ ਕੋਈ ਵਰਗ ਜਿਹੜਾ ਇਹਨਾਂ ਤੋਂ ਸੈਟਿਸਫਾਈਡ ਨਹੀਂ। ਤੁਸੀਂ ਇੱਕ ਹੈਰਾਨੀ ਦੀ ਗੱਲ ਵੇਖੋ, ਤੁਸੀਂ ਸਕੂਟਰ ਜਾਂ ਮੋਟਰਸਾਈਕਲ ਜਾਂ ਗੱਡੀ ਲੈਣੀ, ਲੋਨ ਤੁਸੀਂ ਬੈਂਕ ਤੋਂ ਲੈ ਰਹੇ ਹੋ ਤੇ 0.25% ਇਹਨਾਂ ਨੇ ਉਹਦੇ ਉੱਤੇ ਵੀ ਆਪਣਾ ਇੱਕ ਸਟੈਂਪ ਡਿਊਟੀ ਲਾ ਦਿੱਤੀ। ਤੁਸੀਂ ਘਰ ਦਾ ਲੋਨ ਲੈਣਾ, ਬੈਂਕ ਨੂੰ ਪੈਸੇ ਤੁਸੀਂ ਦੇਣੇ ਨੇ, ਡਿਊਟੀ ਸਟੈਂਪ ਡਿਊਟੀ ਇਹਨਾਂ ਲਾ ਦਿੱਤੀ। ਕੋਈ ਇੱਕ ਕੰਮ ਤੇ ਦੱਸੋ ਕਿ ਕਿਸੇ 50-60 ਹਜ਼ਾਰ ਕਰੋੜ ਰੁਪਈਆ ਸਾਲ ਦਾ ਸਾਡੇ ਨੌਜਵਾਨ ਬੱਚੇ ਜ਼ਮੀਨਾਂ ਵੇਚ ਕੇ ਬਾਹਰ ਜਾ ਰਹੇ ਨੇ। ਕੰਪਲੀਟ ਫੇਲਡ ਬਜਟ ਹੈ, ਕੋਈ ਦੂਰ ਅੰਦੇਸ਼ੀ ਇਹਦੇ ਵਿੱਚ ਹੈ ਨਹੀਂ। ਝੂਠ ਬੋਲਿਆ ਸੀ ਉਹ ਝੂਠ ਹੁਣ ਸੱਚ ਆ ਰਿਹਾ, ਸਿਰੇ ਨੂੰ ਚਾੜ ਕਿਤੇ ਨਹੀਂ ਪਾ ਰਹੇ ਜੀ। ਆਹੀ ਤਰੀਕਾ ਫੜਿਆ ਕਿ ਉਹ ਕੈਮਰਾ ਹੁਣ ਸਪੀਕਰ ਦੇ ਜ਼ਰੀਏ ਆਪਣੇ ਕੰਟਰੋਲ 'ਚ ਰੱਖਿਆ ਕਿ ਓਪੋਜੀਸ਼ਨ ਦੀ ਸ਼ਕਲ, ਓਪੋਜੀਸ਼ਨ ਦੀ ਆਵਾਜ਼, ਓਪੋਜੀਸ਼ਨ ਦੀ ਫੋਟੋ ਜਿਹੜੀ ਹੈ ਲੋਕਾਂ ਤੱਕ, ਜੋ ਅਸੀਂ ਅਸਲੀਅਤ ਅੰਦਰ ਗੱਲ ਕਰਨਾ ਚਾਹੁੰਦੇ ਹਾਂ ਉਹ ਜਾ ਨਾ ਸਕੇ। ਮੈਨੂੰ ਇੱਕੋ ਗੱਲ ਦਾ ਜਵਾਬ ਦਿਓ, ਕੇਜਰੀਵਾਲ ਦਾ ਬਿਆਨ ਕੱਢ ਲਓ, ਕੇਜਰੀਵਾਲ ਨੇ ਕੀ ਇਸ ਗੱਲ ਦੀ ਜ਼ੁਬਾਨ ਦਿੱਤੀ ਸੀ ਕਿ ਨਹੀਂ ਜੀ, ਕਿ ਅਸੀਂ 1 ਰੁਪਈਆ ਰਿਣ ਨਹੀਂ ਚੁੱਕਾਂਗੇ। ਜਦੋਂ ਇਹ ਪੁੱਛਿਆ ਗਿਆ ਸੀ ਤੁਹਾਡੇ ਵਰਗੇ ਸਿਆਣੇ ਪ੍ਰੈਸ ਵਾਲਿਆਂ ਨੇ ਜੋ ਪੁੱਛਿਆ ਕਿ ਦੱਸੋ ਪੈਸੇ ਕਿੱਥੋਂ ਲਿਆਓਗੇ, ਉਹਨੇ ਕਿਹਾ ਜੀ 54 ਹਜ਼ਾਰ ਕਰੋੜ ਰੁਪਈਆ ਮੈਂ ਇੱਥੋਂ 2 ਹੈਡਸ 'ਚੋਂ ਕੱਢੂੰਗਾ ਅਤੇ ਮੈਂ ਇਹ ਕਰਜ਼ਾ 5 ਸਾਲਾਂ 'ਚ ਪੰਜਾਬ ਦਾ ਜੇ ਪੂਰਾ ਮਾਫ਼ ਜੇ ਮੂਰਾ ਪੂਰਾ ਖਤਮ ਨਾ ਕਰ ਸਕਿਆ ਤਾਂ ਘੱਟ ਤੋਂ ਘੱਟ ਮੈਂ ਅੱਧ ਤੱਕ ਪਹੁੰਚਾ ਦੂੰ। ਹੁਣ ਜਿੰਨੀ ਸਪੀਡ ਨਾਲ ਇਹ ਲੱਗੇ ਉਹਨਾਂ 'ਚ ਤਾਂ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਦੇ ਜੇ ਲੋਨ ਚੁੱਕੇ ਨੇ ਉਹਨਾਂ 'ਤੇ ਉਹਨਾਂ ਲੋਨ ਨਹੀਂ ਚੁੱਕਿਆ ਜੀ। ਜਿਹੜੀ ਕਾਂਗਰਸ ਦੀ ਸਰਕਾਰ ਸੀ 70 ਹਜ਼ਾਰ ਕਰੋੜ ਦਾ 5 ਸਾਲਾਂ 'ਚ ਲੋਨ ਚੁੱਕਿਆ ਅਤੇ 70 ਹਜ਼ਾਰ ਦੋਵਾਂ 'ਚ ਪਹੁੰਚ ਗਏ ਨੇ। ਤੋ ਇਹਨਾਂ 'ਤੇ ਕੀ ਤੁਸੀਂ ਬਿਲੀਵ ਕਰਨਾ? ਕਿਸੇ ਨਾ ਨੌਜਵਾਨ ਵਾਸਤੇ ਕੋਈ ਇੱਥੇ ਪ੍ਰਬੰਧ ਹੈ? ਵੇਖੋ ਮੇਰਾ ਇਹ ਓਪਨ ਚੈਲੇਂਜ ਅੱਜ ਮੈਂ ਪੁੱਛੂੰਗਾ, 40 ਹਜ਼ਾਰ ਤੁਸੀਂ ਨੌਕਰੀ ਕਹਿੰਦੇ ਹੋ, ਸਾਨੂੰ ਉਹਨਾਂ ਦੇ ਨਾਂ ਦਿੱਤੇ ਜਾਣ, ਡਿਪਾਰਟਮੈਂਟ ਦਿੱਤੇ ਜਾਣ, ਬਕਾਇਦਾ ਤੌਰ ਦੱਸਿਆ ਜਾਏ। ਅਸੀਂ RTI ਦੇ ਜ਼ਰੀਏ ਲਿਸਟਾਂ ਮੰਗ ਰਹੇ ਹਾਂ ਕਿ ਸਾਨੂੰ ਦੱਸੋ 40 ਹਜ਼ਾਰ ਬੱਚਾ ਕਿਹੜਾ, ਉਹਦਾ ਨਾਂ ਕੀ, ਉਹਦਾ ਐਡਰੈਸ ਕੀ, ਤਾਂ ਮਹਿਕਮਾ ਕੀ, ਅਜੇ ਤੱਕ ਨਹੀਂ ਦੇ ਰਹੇ। ਝੂਠ ਬੋਲੀ ਜਾਂਦੇ ਨੇ, ਇਹਨਾਂ ਨੇ ਪੋਸਟਰ ਲਾਏ ਨੇ। ਔਰ ਮੈਂ ਕਈ ਵਾਰ ਆਪਣੇ ਪਿੰਡੋਂ ਅੰਮ੍ਰਿਤਸਰ ਨੂੰ ਜਾਂਦਾ, ਕੱਥੂ ਨੰਗਲ ਕੋਈ ਇੱਕ ਵੱਡਾ ਪੋਸਟਰ ਭਗਵੰਤ ਦਾ ਲੱਗਾ ਹੁੰਦਾ, ਉੱਥੇ ਜਦੋਂ 10ਵੇਂ ਦਿਨ ਵੀ ਮੈਂ ਟੱਪਣਾ, ਜੇ 35 ਹਜ਼ਾਰ ਨੌਕਰੀ ਹੁੰਦੀ ਹੈ 10ਵੇਂ ਦਿਨ 35,450 ਹੋ ਜਾਂਦੀ ਹੈ, ਅਗਲੀ ਵਾਰ ਟੱਪਣਾ 925 ਹੋ ਜਾਂਦੀ ਹੈ। ਝੂਠ ਦਾ ਸਰ ਟੋਟਲ ਝੂਠ ਦਾ ਜ਼ੋਰ ਫੜਿਆ ਇਹਨਾਂ, PhD ਝੂਠ ਬੋਲਣ ਦੀ ਹੈ। ਤਾਂ ਇਸੇ ਗੱਲ ਕਾਰਨ ਹਮੇਸ਼ਾ ਇਹ ਤੌਰ ਤਰੀਕਾ ਇਹੋ ਜਿਹਾ ਲੱਭਦੇ ਨੇ ਜਿਹਦੇ ਨਾਲ ਓਪੋਜੀਸ਼ਨ ਨੂੰ ਗੱਲ ਕਰਨ ਦਾ ਮੌਕਾ ਨਾ ਦਿੰਦੇ। ਇਹ ਕਿੰਨਾ ਚਿਰ, ਤੁਹਾਨੂੰ ਮੈਂ ਇੱਕੋ ਗੱਲ ਦੱਸੀ, ਅਗਲੇ ਸਾਲ ਤੱਕ ਇਸ ਮਹੀਨੇ ਤੱਕ ਇਹ ਸਾਰੇ ਸਮਾਨ ਚੁੱਕ ਕੇ ਭੱਜ ਜਾਣਗੇ, ਇਹਨਾਂ ਕੋਲ ਰਿਹਾ ਹੀ ਕੁਝ ਨਹੀਂ ਜਾਣਾ। ਹੁਣ
ਟੋਟਲ ਪੰਜਾਬ ਦੇ ਵਿੱਚ ਕੈਪੀਟਲ ਐਕਸਪੈਂਡੀਚਰ ਵਾਸਤੇ, ਸੜਕਾਂ ਵਾਸਤੇ, ਪੁਲਾਂ ਵਾਸਤੇ, ਮੈਡੀਕਲ ਕਾਲਜਾਂ, 4,000 ਕਰੋੜ ਰੁਪਈਆ ਸਾਰਾ। ਤੇ ਜਿਹੜਾ ਬਜਟ ਆਇਆ ਇਹ 2,04,000 ਦਾ ਟੋਟਲ ਖਰਚੇ ਨੂੰ, 4,000 ਕਰੋੜ ਰੁਪਈਆ ਪੱਲੇ ਹੀ ਇਹਨਾਂ ਦੇ ਕੁਝ ਹੈ ਨਹੀਂ। ਗੱਲਾਂ ਇਹਨਾਂ ਦੀਆਂ ਜਿੰਨੀਆਂ ਮਰਜ਼ੀ ਸੁਣ ਲਓ, ਗੱਲਾਂ ਸ਼ਹੀਦੀ ਆਜ਼ਮ ਭਗਤ ਸਿੰਘ ਤੇ ਅੰਬੇਦਕਰ ਸਾਹਿਬ ਦੀਆਂ ਕਰਨਗੇ, ਤੇ ਅੰਬੇਦਕਰ ਸਾਹਿਬ ਦੀ ਕੰਸਟੀਟਿਊਸ਼ਨ ਨੂੰ ਵਿਧਾਨ ਸਭਾ ਨੂੰ ਕਹਿੰਦੇ ਇੱਥੇ ਤਾਲਾ ਲਾ ਦਿਓ, ਇੱਥੇ ਉਹ ਤਾਲਾ ਤੇ ਤੁਹਾਡੇ ਦਿਮਾਗ ਨੂੰ ਲੱਗਾ, ਸਾਨੂੰ ਤਾਲਾ ਤੁਸੀਂ ਕੀ ਲਾਣਾ ਕਿਸੇ ਨੇ? ਤੁਹਾਨੂੰ ਤਾਂ ਪੰਜਾਬ ਦੇ ਲੋਕਾਂ ਨੇ ਤਾਲਾ ਲਾ ਕੇ ਐਤਕੀ ਵੇਖੋ ਪਾਰਲੀਮੈਂਟ ਆ ਚੱਲੀ, ਐਤਕੀ ਹੀ ਵੇਖੋ ਰਿਜ਼ਲਟ ਕੀ, ਤਰਲੋ ਮੱਛੀ ਹੋਏ ਫਿਰਦੇ ਨੇ। ਇਹਨਾਂ ਨੂੰ ਵੀ ਪਤਾ ਸਾਡੀ ਪੋਜੀਸ਼ਨ ਕੀ। ਉਦਣ ਮੈਨੂੰ ਕਿਹਾ ਪਾਰਲੀਮੈਂਟ ਮੇਰੇ ਮੁਕਾਬਲੇ 'ਚ ਖਲੋਗੇ, ਮੈਂ ਕਿਹਾ ਜਿੱਥੋਂ ਖਲੋਏਗਾ 13 ਸੀਟਾਂ 'ਚੋਂ ਮੈਂ ਆਊਂਗਾ, ਭੱਜ ਗਿਆ ਉਦਣ ਦਾ, ਕੁਛ ਕਿਹਾ ਨਹੀਂ। ਆ ਦੱਸੇ ਮੈਨੂੰ, ਆ ਤੁਹਾਨੂੰ ਹੀ ਅੱਜ ਦੱਸ ਦੇ ਕਿ ਕਿਹੜੀ ਇਹਨੇ ਪਾਰਲੀਮੈਂਟ ਸੀਟ 'ਤੇ ਆਉਣਾ, ਮੈਂ ਇਹਦੇ ਬਰਾਬਰ 'ਚ ਆਊਂਗਾ ਐਂਡ ਭੱਜਣ ਵਾਲਾ ਜੀ। ਇਹੀ ਕੰਮ ਇਹਨੂੰ ਹੈ, ਸ਼ੂਟ ਐਂਡ ਸਕੂਟ ਦੋ ਇਹਦੇ ਚੀਜ਼ਾਂ ਨੇ। ਪਹਿਲੇ ਬਿਆਨ ਦੇ ਦੇਣਾ ਮਗਰੋਂ ਭੱਜ ਜਾਣਾ ਜੀ। ਆ ਕਦੋਂ ਦਾ ਲੱਗਿਆ ਮੈਂ ਜੀ ਉਹ ਸੁੱਖ ਵਿਲਾਸ ਦਾ, ਕਰ ਦੇਣਾ ਮੈਂ ਸਕੂਲ ਖੋਲ੍ਹ ਦੇਣਾ, ਮੈਂ ਇੱਥੇ ਇੰਜੀਨੀਅਰਿੰਗ ਕਾਲਜ ਖੋਲ੍ਹ ਦੇਣਾ, ਸੁੱਖ ਵਿਲਾਸ ਵੀ ਉੱਥੇ, ਇਹ ਵੀ ਉੱਥੇ। ਉਹ ਇਹ ਅੱਜ ਇਹਨਾਂ ਨਾਲ ਕਰਨੇ ਆ, ਦੋ ਹੱਥ ਅੰਦਰ ਜਾ ਕੇ